ਫਾਜ਼ਿਲਕਾ ਦੌਰੇ ਤੇ ਪਹੁੰਚੇ ਸੁਖਬੀਰ ਬਾਦਲ ਨੇ ਕਿਹਾ ਕੁਬਾਇਆ ਸਾਹਿਬ ਤਾਂ ਹੋ ਗਏ ਨੇ ਮੈਂਟਲ। ਫਾਜ਼ਿਲਕਾ ਦੇ ਵਿੱਚ ਅੱਜ ਸੁਖਬੀਰ ਬਾਦਲ ਵੱਲੋਂ ਦੌਰਾ ਕੀਤਾ ਜਾ ਰਿਹਾ ਅਤੇ ਵੱਖ-ਵੱਖ ਵਾਰਡਾਂ ਦੇ ਵਿੱਚ ਜਾ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਤਿਆਸ਼ੀਆਂ ਦੇ ਪੱਖ ਦੇ ਵਿੱਚ ਪ੍ਰਚਾਰ ਵੀ ਕੀਤਾ ਜਾ ਰਿਹਾ ਹੈ। ਅੱਜ ਉਹਨਾਂ ਵੱਲੋਂ ਫਾਜ਼ਿਲਕਾ ਦੇ ਵਿੱਚ ਆਯੋਜਿਤ ਕੀਤੀ ਗਈ ਪੱਤਰਕਾਰ ਵਾਰਤਾ ਦੇ ਦੌਰਾਨ ਇੱਕ ਪੱਤਰਕਾਰ ਵੱਲੋਂ ਜਲਾਲਾਬਾਦ ਹਿੰਸਾ ਤੇ ਜਦ ਕੁਬਾਇਆ ਸਾਹਿਬ ਦੇ ਬਿਆਨ ਬਾਰੇ ਸੁਖਬੀਰ ਬਾਦਲ ਨੂੰ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਕੁਬਾਇਆ ਸਾਹਿਬ ਤਾਂ ਮੈਂਟਲ ਹੋ ਗਏ ਹਨ, ਉਹਨਾਂ ਦਾ ਕੀ ਕੀਤਾ ਜਾਵੇ। ਜਿਹੜੀ ਅਕਾਲੀ ਦਲ ਨੇ ਕੀ ਕੁਬਾਇਆ ਸਾਹਿਬ ਕਹਿ ਰਹੇ ਨੇ ਜਲਾਲਾਬਾਦ ਦੇ ਵਿੱਚ ਜਿਹੜੀ ਹਿੰਸਾ ਘਟਨਾ ਹੋਈ ਉਹਦੇ ਅਕਾਲੀ ਦਲ ਦਾ ਕੁਬਾਇਆ ਸਾਹਿਬ ਤਾਂ ਮੈਂਟਲ ਹੋਏ ਮੈਂ ਕੀ ਕਰਾਂ।